ਡਾਕਟਰ ਸਾਹਿਬ ਜਦੋਂ ਤੁਸੀਂ ਝੂਠ ਬੋਲਣਾ ਸਾਰਿਆਂ ਨੇ ਤਾਂ ਕੋਈ ਝੂਠ ਫੜਨ ਵਾਲਾ ਵੀ ਤਾਂ ਹੋਣਾ ਚਾਹੀਦਾ ਨੀ, ਇਸ ਕਰਕੇ ਸੀਨੀਅਰ ਬੰਦਾ ਲੈ ਕੇ ਆਇਆ ਭਰਾ ਆਪਾਂ। ਕਿੱਦਾਂ ਫਿਰ ਬੱਗੀ ਸੈੱਟ ਆ? ਕੋਈ ਗੱਲ ਨੀ, ਚੱਲ ਮਾਰ ਦੇ। ਬਿਲਕੁਲ ਸਹੀ ਸ਼ਾਟ ਭਾਈ, ਮੇਰਾ ਰਨ ਆਊਟ ਨਹੀਂ ਹੁੰਦਾ, ਮੈਂ ਠੋਕਣਾ ਸੀ ਇੱਕ ਹੋਰ ਇਹਨਾਂ ਨੂੰ। ਹਰੀਸ਼ ਭਾਈ ਦੀ ਫਿੰਡੀ ਨਾ ਕਿਆ ਬਾਤ ਹੈ। ਸੋ ਹੇ ਗਾਇਸ, ਦਿਸ ਇਜ਼ ਅਮਿਤ ਬਬਰਾਨਾ ਬੈਕ ਵਿਦ ਅਨਦਰ ਵੀਡੀਓ। ਹੋਪ ਕਰਦਾ ਗਾਇਸ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਹੋ ਗਏ। ਨਵਾਂ ਦਿਨ ਅਤੇ ਨਵੇਂ ਵਲੋਗ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹਾਜ਼ਰ ਹੋ ਚੁੱਕਿਆ ਇੱਕ ਬਹੁਤ ਹੀ ਸੋਹਣੇ ਅਤੇ ਪਿਆਰੇ ਵਲੋਗ ਦੇ ਨਾਲ, ਅਤੇ ਅੱਜ ਵਲੋਗ ਦੇ ਵਿੱਚ ਗਾਇਸ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਲੋਕੇਸ਼ਨ 'ਤੇ ਲੈ ਕੇ ਆਏ ਹੈਗੇ ਹਾਂ। ਅੱਜ ਅਸੀਂ ਕਿਤੇ ਮਤਲਬ ਕਿ ਘੁੰਮਣ ਫਿਰਨ ਨਹੀਂ ਜਾਣਾ ਹੈਗਾ, ਅੱਜ ਸਾਡਾ ਖੇਡਣ ਦਾ ਮੂਡ ਬਣਿਆ ਸੀ ਅਤੇ ਸਾਡੇ ਪਠਾਨਕੋਟ ਦੇ ਵਿੱਚ ਬਹੁਤ ਹੀ ਵਧੀਆ ਪਲੇ ਬੋਕਸ ਖੁੱਲ੍ਹਿਆ ਸੀ, ਅਤੇ ਅਸੀਂ ਸੋਚਿਆ ਕਿ ਬਾਕੀ ਸਾਰੀ ਚੀਜ਼ਾਂ ਨੂੰ ਵੀ ਆਪਾਂ ਪ੍ਰਮੋਟ ਕਰਦੇ ਅਤੇ ਇੱਥੇ ਚਲਦਿਆਂ ਨਾਲ ਖੇਲ ਕੇ ਆਉਂਦੇ ਨਾਲ ਇਸ ਚੀਜ਼ ਨੂੰ ਪ੍ਰਮੋਟ ਕਰਾਂਗੇ। ਅਤੇ ਡਿਸਕ੍ਰਿਪਸ਼ਨ ਦੇ ਵਿੱਚ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਕਿੱਦਾਂ ਬੁਕਿੰਗ ਹੁੰਦੀ ਹੈ, ਕੀ ਨੰਬਰ ਹੈ ਇਹਨਾਂ ਦਾ, ਸਾਰਾ ਡਿਸਪਲੇ ਕਰੂੰਗਾ। ਮੇਨ ਇਹਨਾਂ 'ਤੇ ਨਹੀਂ ਵੀਡੀਓ ਹੈਗੀ ਹੈ, ਬਸ ਆਪਾਂ ਖੇਡਣ ਆਏ ਅਤੇ ਉਹ ਆਪਾਂ ਮੈਮਰੀਜ਼ ਕੈਪਚਰ ਕਰਨੀਆਂ ਸੀ, ਅਤੇ ਇਸ ਕਰਕੇ ਇੱਥੇ ਆਏ ਹੈਗੇ ਹਾਂ। ਅਤੇ ਬਾਕੀ ਗੱਲਾਂ ਆਪਾਂ ਵੀਡੀਓ ਦੇ ਵਿੱਚ ਕਰਦੇ ਰਹਾਂਗੇ, ਐਂਡਿੰਗ ਦੇ ਵੀ ਕਰ ਦੇਵਾਂਗੇ। ਅਤੇ ਫਿਲਹਾਲ ਦੀ ਘੜੀ ਆਪਾਂ ਤੁਹਾਨੂੰ ਜਿਹੜੇ ਸਾਡੇ ਭਰਾ ਆਏ ਸਾਡੇ ਨਾਲ ਅਤੇ ਉਹਦੇ ਨਾਲ ਮਿਲਾਉਂਦੇ ਹਾਂ। ਇਹ ਸਾਡੀ ਪੂਰੀ ਟੀਮ ਆਈ ਹੈਗੀ ਆ, ਭਰਾ ਸਾਡੇ ਸਾਰੇ, ਅਤੇ ਸਾਰੇ ਜਣੇ ਹੈਲੋ ਕਰ ਦਿਓ ਬਾਈ। ਇਹ ਸਾਡੇ ਡਾਕਟਰ ਸਾਹਿਬ ਨੇ ਜਿਹੜੇ, ਇਹ ਥੋੜ੍ਹੇ ਸ਼ਾਏ ਨੇ, ਆਹ ਸਮਾਈਲ ਕਰ ਰਹੇ ਨੇ। ਅਤੇ ਬਾਕੀ ਸਾਰੇ ਭਰਾਵਾਂ ਦਾ ਬਹੁਤ ਬਹੁਤ ਥੈਂਕਸ ਹੈ ਜਿਹੜੇ ਸਾਰੇ ਆਏ ਹੈਗੇ ਸਾਡੇ ਨਾਲ। ਅਤੇ ਟੀਮ ਕਰ ਲਈਏ ਡਿਵਾਈਡ ਫਿਰ, ਸਿੰਗਲ ਵਿਕਟ ਤਾਂ ਨਹੀਂ ਖੇਡਣਾ? ਚਲੋ ਚਲੋ, ਟੀਮ ਕਿਹੜੀ ਮੇਰੇ ਵੱਲ ਜਿਹੜੇ ਹੈਗੇ ਉਹ ਆ ਜਾਓ ਭਰਾ ਵੱਲ। ਅਤੇ ਇਹ ਚਿੱਕੀ ਆ ਗਿਆ ਅਤੇ ਪਿੰਟੂ ਆ ਗਿਆ ਮੇਰੇ ਵੱਲ, ਠੀਕ ਆ। ਆਹ ਚਾਰ ਜਣੇ ਹੋ ਗਏ। ਨਰੂਲਾ ਸਾਹਿਬ ਤੁਸੀਂ ਗੱਲ ਬਣ ਗਈ ਡਾਕਟਰ ਸਾਹਿਬ, ਜਦੋਂ ਤੁਸੀਂ ਝੂਠ ਬੋਲਣਾ ਸਾਰਿਆਂ ਨੇ ਕੋਈ ਝੂਠ ਫੜਨ ਵਾਲਾ ਵੀ ਹੋਣਾ ਚਾਹੀਦਾ ਨੀ, ਇਸ ਕਰਕੇ ਸੀਨੀਅਰ ਬੰਦਾ ਲੈ ਗਏ ਆ ਭਰਾ ਆਪਾਂ। ਸਹੀ ਹੈ, ਕੁਆਇਨ ਚਲੋ ਟਾਸ ਕਰੀਏ ਫਟਾਫਟ। ਓਵਰ ਕਿੰਨੇ ਕਿੰਨੇ ਡਿਸਾਈਡ ਕਰੋ? ਛੇ 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 ਓਵਰ ਬੜੇ ਆ। ਕੈਪਟਨ ਸਾਹਿਬ ਟਾਸ ਕਰੋ। ਆਓ ਨਹੀਂ ਯਾਰ, ਕੈਪਟਨ ਸਾਹਿਬ ਨੇ ਪਿੰਟੂ ਕਰੇਗਾ। ਨਹੀਂ ਨਹੀਂ, ਆਓ ਆਓ ਯਾਰ। ਕਿਹੜਾ ਤੁਹਾਡੇ ਲੋਕ? ਸਾਡਾ ਕੈਪਟਨ ਸੰਜੀਵ। ਓ ਬਹੁ ਟਾਸ ਕਰ ਕੇ ਆਏ। ਓ ਆ ਕੇ ਤੂੰ ਮੰਗ ਵੀਰੇ, ਤੂੰ ਮੰਗ ਮੇਰਾ ਕਿਸਮਤ ਮੋੜੀ ਮਾਰੀ ਹੈ। ਮੰਗ ਦਾ ਲਿਓ, ਕੁੜੀ ਮੰਗਣੀ ਹੈ। ਛੋਟ ਟੇਲ ਟੇਲ ਚਲੋ ਕੋਈ ਗੱਲ ਨੀ, ਸਾਡੀ ਬੋਲਿੰਗ ਹੈ, ਆਪਾਂ ਬਾਅਦ ਚ ਚੇਸ ਕਰਾਂਗੇ। ਤੇ ਚਲੋ ਕਰੀਏ ਸਟਾਰਟ, ਫਟਾਫਟ ਲੱਗ ਜਾਓ ਲਾਈਨ ਸਿਰ। ਉਹ ਤੁਹਾਡੀ ਟੀਮ ਚੋਂ ਕੈਪਟਨ ਕਿਹੜਾ ਹੈ ਤਾਂ ਦੱਸੋ ਮੈਨੂੰ, ਜਿਹੜੇ ਤੇ ਤੁਹਾਡੇ ਦੋ ਪਲੇਅਰ ਹੈ ਉਹ ਤੇ ਲੱਗ ਜਾਣ ਹਨਾ, ਆਪਣੀ ਕ੍ਰੀਸ ਤੇ ਆ ਜਾਣ, ਤੇ ਜਿਹੜੇ ਮੇਰੇ ਭਰਾ ਨਹੀਂ ਨਾ ਖੇਡਣੇ ਹੈਗੇ ਤਾਂ ਉਹਨਾਂ ਨੂੰ ਸਾਈਡ ਤੇ ਬਾਹ ਦੇਣਾ। ਤੇ ਜੇ ਕੀਪਿੰਗ ਕਰਾਉਣੀ ਹੈ ਸੇਮ ਪਲੇਅਰ ਦੀ ਕਰਾ ਦਈਏ? ਚਲੋ ਕੀਪਿੰਗ ਨਹੀਂ ਕਰਾਉਣੀ ਹੈਗੀ। ਇੱਕ ਚੀਜ਼ ਤੁਹਾਨੂੰ ਦੱਸ ਦਿੰਦਾ ਹੈਗਾ ਵਾ, ਇਹ ਬਹੁਤ ਹੀ ਪਿਆਰਾ ਹੈ, ਦੇਖੋ ਪਲੇ ਬਾਕਸ ਹੈਗਾ ਸਾਫ਼ ਸੁਥਰਾ,
ਤੇ ਬਾਕੀ ਪਿੱਚ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੇ ਆ। ਸਟਾਰਟਿਓ ਬੰਗਲੌਰ ਵਾਲੇ ਜਿੰਨੇ ਦੇਣੇ ਕਰਨ ਇੱਕ ਬੋਲ ਮੇ ਇੱਕ ਰਨ ਖਾਇਆ ਅੱਛਾ ਓਵਰ ਲਗਾਲਾ ਕਰਨ ਜੀ ਨੇ ਓ ਬੱਲੇ 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 ਸ਼ਾਬਾਸ਼ ਹੋ ਰਿਹਾ ਵਧੀਆ ਬਹੁਤ ਵਧੀਆ ਬਹੁਤ ਵਧੀਆ ਕੈਟ ਦਾਦਾ ਓ ਬਹੁਤ ਵਧੀਆ ਦੀ ਬੱਲੇ ਕਿੰਨੀ ਗੰਦਾ ਹੈ ਬਾਜੀ ਪੰਜਵੀਂ ਜਾਣੀ ਹੋ ਕਿਹੜੇ ਗਾ ਪਿੰਡ
ਅਗਲਾ ਪਲੇਅਰ ਹਰੀਸ਼ ਭਾਵ ਆ ਕੇ ਯਾਰ ਮਜ਼ਾ ਆ ਗਿਆ ਪੜ ਟੀਮ ਤਿਆਰ ਹੋ ਗਈ ਉਹਨਾਂ ਦੀ ਫੀਲਡਿੰਗ ਲਈ ਸਾਨੂੰ 31 ਰਨ ਚਾਹੀਦੇ 32 31 ਟੂ ਵਿਨ ਆ ਇੱਕ ਭਰਾ ਸਾਡਾ ਹਰੀਸ਼ ਭਾ ਚੱਲਾ ਓਪਨਰ ਇੱਕ ਸਾਡਾ ਕਰਨ ਚਿੱਕੀ ਬਰੋ ਚਲੋ 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 ਬਹੁਤ ਵਧੀਆ ਬਹੁਤ ਵਧੀਆ ਵਾਓ ਨਾਈਸ 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 ਓਏ ਬਹੁਤ ਵਧੀਆ ਇੱਕ ਰਨ 30 ਹੋਰ ਕਲੋਜ਼ ਕਾਲ ਬਹੁਤ ਵਧੀਆ ਕੋਈ ਨੀ ਕੋਈ ਨੀ ਕੋਈ ਨੀ ਕੋਈ ਨੀ ਬਹੁਤ ਵਧੀਆ ਕੋਈ ਗੱਲ ਨੀ ਬਸ ਰਹਿ ਕੇ ਥੋੜੇ ਜੇ 30 ਰਨ ਹੋਰ ਬਹੁਤ ਵਧੀਆ ਕੋਈ ਗੱਲ ਨੀ ਕੋਈ ਗੱਲ ਨੀ ਫਿਰ ਕੀ ਹੋ ਗਿਆ ਉਹ ਵਾਕਿਆ ਸ਼ਾਟ ਹੀ ਓਏ ਉਹ ਬਹੁਤ ਵਧੀਆ ਓਏ ਕਿੰਨੇ ਹੋ ਗਏ 3 ਸਕੋਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖਿੱਚ ਕੇ ਰੱਖੋ ਮੇਰਾ ਭਰਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਬੋਲ ਕਿਤਾ ਕੀ ਸੀ ਪਾਉਂਦਾ ਓਏ ਕੀ ਸੀ ਬੋਲ ਨਾ ਪਾਓ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਚੌਕਾ 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 ਚਲੋ ਡਾਕਟਰ ਸਾਹਿਬ ਨੇ ਰੋਕ ਲਿਆ ਹਾਂਜੀ ਰਮਨ ਜੀ ਅਮਰ ਹੋਰ ਰਮਨ ਜੀ ਕਿੱਦਾਂ ਲੱਗ ਰਿਹਾ ਫੀਲਡਿੰਗ ਕਰਕੇ ਬਹੁਤ ਵਧੀਆ ਲੱਗ ਰਿਹਾ ਕਿਆ ਬਾਤ ਹੈ ਰਾਤ ਦੇ ਕਿੰਨੇ ਵੱਜ ਗਏ ਆ ਰਾਤ ਦੇ 12 ਵੱਜ ਗਏ ਕਿਆ ਬਾਤ ਆ ਕੋਈ ਨੀ ਕੋਈ ਨੀ ਕੋਈ ਨੀ ਕੀ ਹੋ ਗਿਆ ਓ ਜਾਵਾਂਗੇ ਜਾਣਾ ਜਾਣਾ ਤੂੰ ਯਾਰ ਕੀ ਦੇਖਦਾ ਹੀ ਨਹੀਂ
ਪਿੰਟੂ ਉੱਧਰ ਕੀ ਨਹੀਂ ਕਰਦਾ ਤੂੰ ਨਿਕੇ ਬਾਲਾਂ ਸਾਰੀਆਂ ਖੇਡ ਆਇਓ ਬਾਕੀ ਕੋਈ ਗੱਲ ਨੀ ਖਬਰ ਅਮਿਤ ਭਾਈ ਤੁਹਾਡੇ ਤੇ ਆ ਅਮਿਤ ਭਾਈ ਤਿੰਨ ਛੱਕੇ ਦੀ ਗੱਲ ਆ ਬਸ ਅਮਿਤ ਭਾਈ ਤਿੰਨ ਬੋਲਾਂ ਹੈਗੀਆਂ ਬਸ ਆਏ ਪਹਿਲਾ ਵੈਰੀ ਗੁੱਡ ਸਿਕਸ ਆ ਸਿਕਸ ਵੈਲਰ 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 ਇੱਕ ਹੋਰ ਹੋ ਗਿਆ ਇੱਕ ਹੋਰ ਆ ਗਿਆ ਜੀ ਓ ਚਲੋ ਚਲੋ ਨੈਕਸਟ ਪਹਿਲਾ ਮੈਚ ਗਾਈਸ ਆਪਾਂ ਹਾਰ ਚੁੱਕੇ ਹਾਂ ਕੋਸ਼ਿਸ਼ ਤੇ ਬਹੁਤ ਕੀਤੀ ਮੈਂ ਲਾਸਟ ਤੇ 10 ਸਕੋਰ ਫਿਰ ਵੀ ਆ ਗਏ ਤੇ ਬਾਕੀ ਦੁਬਾਰਾ ਮੈਚ ਲੱਗਣ ਲੱਗਾ ਸਾਡਾ ਉਹ ਟਾਈਮ ਕਿੰਨਾ ਹੋਇਆ ਟਾਈਮ ਕਿੰਨਾ ਹੋਇਆ ਟਾਈਮ ਟਾਈਮ ਸਾਢੇ 11 ਹੋਇਆ ਸਾਢੇ 11 ਚਲੋ 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 ਭਾਈ ਚਲੋ ਚਲੋ ਕਿੰਨਾ ਟਾਈਮ ਆ ਸਾਡੇ 1 ਵਜੇ ਤੱਕ ਠੀਕ ਹੈ ਚੱਲ ਚੱਕੀ ਪਹਿਲੀ ਓਵਰ ਤੇਰੀ ਪਿੰਟੂ ਪਿੱਛੇ ਚੱਲ ਹੋਰ ਬਗਰ ਬਾਉਂਡਰੀ ਤੇ ਰਹਿ ਇੱਕਦਮ ਪਿੱਛੇ ਕਹਦਾ ਭਾਈ ਜਦ ਚੱਲ ਇੱਦਾਂ ਇੱਦਾਂ ਖੇਡ ਕੇ ਖੇਡ ਕੇ ਫੜ ਕੇ ਨਾ ਤੂੰ ਇਹ ਆਡੀਓ ਚੱਲ ਚੱਲ ਬਾਹਰ ਚੱਲ ਚੱਲ ਰਮਨ ਚੱਲ ਤੂੰ ਹੀ ਹੈ ਸਭ ਕੁਛ ਚੱਲ ਚੱਲ ਦੌੜ 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 ਕੀ ਦਾ ਕਲਾ ਤਾਂ ਮੈਨੂੰ ਦਿਸ ਰਿਹਾ ਹੈ ਜਜਾ ਯਾਰ ਹਰੀਸ਼ ਪਰ ਤਾਂ ਕਲਾ ਤਾਂ ਆਡੀਓ ਹੋਏ ਰਹਿ ਗਏ ਹਰੀਸ਼ ਪਰ ਤਾਂ ਕਲਾ ਤਾਂ ਲਾਸਟ ਬੋਲ ਬੜੇ ਸ਼ਾਬਾ ਕਾਏ ਕਾਏ ਜਾ ਕਾ ਜਾ ਪੜੇ 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 ਪੜੇ
ਚਲੋ 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 ਬਹੁਤ ਵਧੀਆ ਖਿੱਚ ਕੇ ਰੱਖੋ ਏਦਾਂ ਹੀ ਪੰਜ ਦੀ ਪੰਜ ਬੋਲਾਂ ਡੋਟ ਕਰਾਓ ਇਹਨੂੰ ਸਿੰਗਲ ਨਹੀਂ ਆਉਣ ਦੇਣੀ ਸਿੰਗਲ ਨਹੀਂ ਆਉਣ ਦੇਣੀ ਓਏ ਚਲੋ ਚਲੋ ਪਿੰਟੂ ਕੁਛ ਨਹੀਂ ਹੁੰਦਾ ਪਿੰਟੂ ਦੀ ਬਿਲਡਿੰਗ ਪਿੰਟੂ ਛਾ ਗਿਆ ਓਏ ਬਾਈ ਇੱਦਾਂ ਇੱਦਾਂ ਖਿੱਚ ਰੱਖ ਪਿੰਟੂ ਓਏ ਚੱਲ ਚੱਲ ਪਿੰਟੂ ਚੱਲ ਓਏ ਕੋਈ ਨੀ ਵਾਈਟ ਜਾਂਦੀ ਹੁੰਦੀ ਆ ਚਲੋ 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 ਕੋਈ ਗੱਲ ਨੀ ਛੱਕਾ ਹੀ ਕੀ ਹੋ ਗਿਆ ਲਾਸਟ ਬਾਲ ਇਹ ਆਊਟ ਹੀ ਓਏ ਲਾਸਟ ਬਾਲ ਫੜ 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 ਚੌਕਾ ਉੱਨੀ ਕੋਈ ਨੀ ਬਾਈ ਇੱਕ ਗੇਂਦ ਉੱਨੀ ਪੱਥਰ ਹੈ ਵੱਟਾ ਵਾਲ ਕੈਸ਼ ਹੋ ਗਿਆ ਛੱਕਾ ਬਚ ਗਿਆ ਜੀ ਹਰੀਸ਼ ਭਾਈ ਦੀ ਫਿਲਡੀ ਨਾ ਕਿਆ ਬਾਤ ਹੈ ਚੱਲ 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 ਚੌਕਾ ਕਿੰਨੇ ਹੋ ਗਏ 31 ਹੋ ਗਏ ਫਿਰ ਹੋ ਗਏ ਕੋਈ ਗੱਲ ਨੀ ਕੋਈ ਗੱਲ ਨੀ ਬਾਹਰੋਂ ਜਾਏ ਕਰ ਮੇਰੇ ਤੋਂ ਹੀ ਫਾਸਟ ਆ ਰਹੀ ਬੋਲ ਇੱਕ ਹੋਰ ਚੱਲ ਆਈ
ਚੌਕਾ 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 8 ਰਨ ਦੋ ਬਾਲ ਤੀਜੀ ਬਾਲ ਤੀਜੀ ਹੈ ਤੀਜੀ ਬੈਂਡ ਹੋ ਗਈ ਦੋ ਦੌੜੋ 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 ਭਰਾ ਅਮਰਤ ਖਿੱਚ ਕੇ ਦੌੜੋ ਚਲੋ 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 9 ਰਨ ਹੋ ਗਏ ਚੱਲ ਛੱਕਵਾ ਉਹ ਗਿਆ ਯੇ ਬੰਦਾ ਫਰੈਸ਼ ਹੋ ਗਿਆ ਇੱਥੇ ਆ ਗਿਆ ਗੋਡੇ ਦਾ ਚੱਲ ਓਏ ਪਿੰਟੂ ਗਿਲ ਲਈ 19 ਸਕੋਰ ਹੈ ਚਲੋ 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 ਨੂਰੂਲਾ ਸਾਹਿਬ ਚਲੋ ਕੀ ਹੋ ਗਿਆ ਚੱਲ 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 ਵਾਕੇ ਯਾਰ ਓ ਮਾਮਾ ਤੈਨੂੰ ਨੀ ਲੱਗੋ ਬੋਲ ਨਹੀਂ ਲੱਭੀ ਜਾ ਯਾਰ ਉਹ ਲਾਗੋ ਹੀ ਬੋਲ ਨਹੀਂ ਲੱਭੀ ਉਹਨੂੰ ਵਾਕੇ ਯਾਰ ਸੋਨੀ ਭਾ ਮੁੰਡਾ ਬਾਹਰ ਭਜਾਤਾ ਤੁਸੀਂ ਵਾਕੇ ਯਾਰ ਸਭ ਕੁਛ ਓਕੇ ਕਰਤਾ ਇੱਕ ਹੋਰ ਪਿਆ ਹਲੇ ਪੌਦੇ ਮੇਰੇ ਹੋ ਗਏ ਦੋ ਸੰਜੀਵ ਦੇ ਹੋ ਗਏ ਇੱਕੋ ਦਾ ਅੱਛਾ ਇੱਕੋ ਗਏ ਜਿਹਦੇ ਮੈਂ ਸਭ ਤੋਂ ਜ਼ਿਆਦਾ ਸਕੋਰ ਖਾਦੇ ਵਾਓ ਗ੍ਰੇਟ ਬਾਲ ਬ੍ਰਦਰ ਗ੍ਰੇਟ ਬਾਲ ਵਿਰਾਟ ਕੋਹਲੀ ਪਾਓ ਲਾ ਦੇ ਪਾਓ ਸੁਣ ਲਓ ਕੀ ਕੌਣ ਪੈਦਾ ਵਿਰਾਟ ਕੋਹਲੀ ਪੈਦਾ ਓਏ ਪਿੰਡੂ ਓਏ ਖਾਤਾ ਨਹੀਂ ਖੁੱਲਿਆ ਖਾਤਾ ਨਹੀਂ ਖੁੱਲਿਆ ਐ ਨਹੀਂ ਖੁੱਲਿਆ ਕਮਰਾ ਡੀ ਕੇ ਕਹਿੰਦਾ ਤਾਂ ਓਏ ਬਾਲ ਹੈ ਓ ਗਿਆ ਛਾੜ ਗੰਦਾ ਹੁਣ ਇੰਜਨ ਗਰਮ ਹੋਇਆ ਮੁੰਡੇ ਦਾ ਚੱਲ ਬਾਲ 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 ਗ੍ਰੇਟ ਬਾਲ ਓਏ ਬੜੀ ਕੈਨ ਆਈ ਓ ਚੱਲ ਦੂਸਰਾ ਭਰਾ ਕੀ ਹੋਇਆ ਦੂਜਾ ਮੇਰੇ ਐਮ ਨੀ ਸੁੱਟਣੀ ਉੱਥੇ ਮਾਰਦੀ ਹੈ ਬੈਂਡ ਆ
ਬਹੁਤ ਸਰ ਭਾਰੀ ਸੰਭਾਲਣੇ ਪੈਣਾ ਸਰ ਹੁਣ ਆ ਫੜੀ ਕੈਮਰਾ ਚੱਲ ਰੋਕੀ 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 ਚੱਲ ਰੋਗੀ 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 ਚੱਲ ਆਉਗਾ ਫੜ ਗਿਆ ਜੋ ਉਹ ਪੈਰ ਚੱਪਲ ਟੁੱਟ ਗਈ ਆ ਕੋਹਲੀ ਆ ਗਿਆ ਕੋਹਲੀ 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 ਹਿੱਟ ਵਿਕਟ ਨਾ ਹੋ ਜੀ ਅੱਗੇ ਹੋ ਕੇ ਖੇਡੇ ਹਿੱਟ ਵਿਕਟ ਨਾ ਹੋ ਜੀ ਪਿੱਛੇ ਹੀ ਹੈ ਓ ਭਰਾ ਬਚ ਗਿਆ ਕੀ ਕਰੇਗਾ ਨਾ ਲੱਗੀ ਆ ਤੁਹਾਨੂੰ
ਦੋੜੋ ਹਰੀਸ਼ ਭਾਈ ਮਾਰੋ ਸਿੱਖ ਮਾਰੋ ਦੌੜੋ 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 ਯਾਰੇ ਕਰਨ ਬਾਈ ਕੋਈ ਨੀ ਕੋਈ ਨੀ ਚੱਲ ਆ ਗਿਆ ਬਾਊਂਸ ਰੇ ਯਾਰ ਬਾਊਂਸ ਕਿੱਡਾ ਦੇਖ ਵਾਈਟ ਵਾਈਟ ਯਾਰ ਦੋ ਰਹਿ ਗਏ ਚੱਕੀ ਭਾਈ ਮੇਰਾ ਰਨ ਆਊਟ ਨਹੀਂ ਹੁੰਦਾ ਮੈਂ ਠੋਕਣਾ ਸੀ ਇੱਕ ਹੋਰ ਇਹਨਾਂ ਨੂੰ ਪਰ ਕੋਈ ਗੱਲ ਛੱਕੇ ਦੋ ਆਏ ਚੱਲ ਚੱਕੀ ਦੌੜ
ਲਾ ਹੋ ਗਿਆ ਓਏ ਚੱਲ ਨੀ ਓ ਲਾ ਦੋ ਲਾ ਗਏ ਦੋ ਲਾ ਗਏ ਕਿਹੜਾ ਨੀ ਅੱਛਾ ਦੋ ਲਾ ਗਏ ਨੀ ਆਪਣੇ ਰੂਲ ਬਣਾ ਲਿਓ ਹੁਣ ਆਪਣੇ ਰੂਲ ਬਣਾ ਲੇ ਮੈਚ ਹੋ ਗਿਆ ਗਈ ਸਾਡਾ ਟਾਏ ਗਲਾ ਮੇਰਾ ਦੇਖੋ ਬਹਿ ਗਿਆ ਵਾ ਤੇ ਹੁਣ ਆਪਾਂ ਇੱਕ ਇੱਕ ਓਵਰ ਦਾ ਮੈਚ ਲਾਣ ਲੱਗੇ ਹੈਗੇ ਆ ਹੁਣ ਦੇਖਦੇ ਆ ਕੀ ਬਣਦਾ ਇੱਕ ਇੱਕ ਓਵਰ ਉਹ ਡਰਾ ਕਰਨਾ ਚਲੋ ਦੋ ਦੋ ਓਵਰ ਪਲੈਨ ਚੇਂਜ ਹੋ ਗਿਆ ਸਾਡਾ ਹੁਣ ਦੋ ਦੋ ਓਵਰ ਚੱਲਣਗੇ ਇੱਜ਼ਤ ਪੂਰੀ ਰੱਖੋ ਗਈ ਆ ਚੱਲ ਕੋਈ ਨਾ ਭਾਈ ਕੋਈ ਨਾ ਕਿੰਨੀ ਬਾਲਾ ਰਹਿ ਗਈਆਂ ਚੱਲ ਚੱਲ ਚਾਚੀ ਕੀ ਕੀ ਕਰਦਾ ਚੱਲ ਮਾਰ ਬੈਟ ਵੱਡਾ ਲੱਗਾ ਨਾ ਮੁੰਡੇ ਕੋਲੋਂ ਸ਼ਾਹ ਪਿੰਡੂ ਮੂੰਹ ਤੇ ਵੱਜੀ ਬਾਲ ਦੇ ਕੋਈ ਗੱਲ ਨੀ ਲੱਗੀ ਆ ਲੱਗੀ ਆ ਦਿਖਾ ਬਚਾ ਬਚਾ ਇੱਥੇ ਏਦਾਂ ਫੜੀ ਬਸ ਅਸ਼ ਨੂੰ ਡਾਣਾ ਸੀ ਉਡਾ ਦਿੱਤਾ ਮੈਂ ਤਾਂ ਡਾ ਗਿਆ ਡਾ ਗਿਆ ਡਾ ਗਿਆ ਉਹ ਲੱਗਦਾ ਲੱਗੇ ਦਾ ਅਸ਼ੂ ਲਈ ਕਿੰਨੇ 15 ਮਹਾਰਾਜ 12 ਠੀਕ ਆ 15 ਮਹਾਰਾਜ 15 ਓਕੇ 3 ਛੱਕੇ ਪਹਿਲੇ ਗਿਆ ਟੱਚ ਨਹੀਂ ਹੋਣ ਦੇਣੀ ਮੈਂ ਪਹਿਲੇ ਗਿਆ ਟੱਚ ਨਹੀਂ ਹੋਣ ਦੇਣੀ ਬੰਦੇ ਪਾ ਸਾਡੇ ਬਿਠਾ ਵੀ ਤੇ ਸਾਰੇ ਡਾਕਟਰ ਚੱਲੇਂਗੇ ਤੇ ਪਹਿਲੇ ਕਰਦਾ ਨਾ ਮੈਂ ਫਿਰ ਚੱਲ ਮੈਂ ਆਵਾਂ ਦੁਬਾਰਾ ਆਵਾਂ ਸ਼ਰਤ ਲਾ ਲਈ ਫਿਰ ਮੈਂ ਆਵਾਂ ਦੁਬਾਰਾ ਆਵਾਂ ਗੱਲ ਕਰ ਫਿਰ ਸਾਨੂੰ ਪਤਾ ਭਾਈ ਨੇ ਮਾਰ ਲੈਣੇ ਆ ਇੱਕ ਚੱਕ ਨਾ ਕੁਝ ਨਹੀਂ ਬਣਨਾ ਨੀ ਆ ਲਾ ਫੜੋ ਇੱਕ ਓਏ ਹਾਂ ਵੈਲਡਨ ਵੈਲਡਨ ਬਿਲਕੁਲ ਸਹੀ ਸ਼ਾਟ ਵੈਲਡਨ ਵੈਲਡਨ ਮੋਟਾ ਬਾਈ ਬਸ ਇੱਕ ਹੋਰ ਚਾਹੀਦਾ ਇੱਕ ਓਏ 6-8
ਵੈਲ ਡਨ ਵੈਲ ਡਨ ਵੈਲ ਡਨ ਬਸ ਫੇਰ ਹੀ ਖਲੋਂਦੀ ਆ ਵੈਲ ਡਨ ਪਹੁੰਚ ਗਿਆ ਦਾ ਪਹੁੰਚ ਗਿਆ ਦਾ ਕੋਈ ਨਾ ਕੋਈ ਨਾ ਇਹਨੂੰ 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 ਨਾ ਗਿਆਨ ਦਿਓ ਪਹੁੰਚ ਗਿਆ ਦਾ ਇਹੀ ਓਏ ਕਿੱਦਾਂ ਫਿਰ ਬੱਗੀ ਸੈੱਟ ਹਾਂ ਕੋਈ ਗੱਲ ਨੀ ਮੈਨ ਆਫ ਦਾ ਮੈਚ ਚਲੋ ਬਹੁਤ ਵਧੀਆ ਲੱਗਿਆ ਸਾਰੇ ਭਰਾ ਟਾਈਮ ਕੱਢ ਕੇ ਆਏ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਠੀਕ ਹੈ ਜੀ ਚੰਗਾ ਸ਼ੁਕਰੀਆ ਰਮਨ ਚਲੋ ਹਰੀਸ਼ ਭਾ ਵੈਲਕਮ ਬਾਈ ਸਾਡੇ ਨਰੂਲਾ ਸਾਹਿਬ ਮੇਨ ਸਾਡੇ ਸਪੋਂਸਰ ਫਾਈਨੈਂਸ਼ੀਅਲ ਸਪੋਰਟਰ ਬੱਗੀ ਸਾਹਿਬ ਡਾਕਟਰ ਸਾਹਿਬ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਦਿਲ ਖੇਲਿਆ ਕਰਨਾ ਹੁਣ ਯਾਰ ਚਲੋ ਉਹ ਪਮਣ ਕੀ ਸੱਦੋ ਫੋਨ ਕਰੀ ਸ਼ੁਕਰੀਆ ਬਿੰਟੂ ਚਲੋ 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 ਸਾਰਿਆਂ ਨੂੰ ਟਾਟਾ ਗੁੱਡ ਗੇਮ ਵੈਲ ਗੇਮ ਬਹੁਤ ਬਹੁਤ ਸ਼ੁਕਰੀਆ ਟਾਈਮ ਕੱਢ ਕੇ ਆਏ ਥੈਂਕ ਯੂ ਤੇ ਮੈਚ ਆਪਾਂ ਜਿੱਤੇ ਆ ਥੈਂਕ ਯੂ ਬ੍ਰੋ ਬਿਲਕੁਲ ਚੰਗਾ ਵਿਰਾਟ ਕੋਹਲੀ ਸ਼ੁਕਰੀਆ ਵਲੌਗ ਚ ਆ ਕੇ ਕਿੱਦਾਂ ਦਾ ਲੱਗਿਆ ਇਹ ਤਾਂ ਦੱਸ ਦੋ ਬਹੁਤ ਵਧੀਆ ਸਬਸਕ੍ਰਾਈਬ ਕਰਨ ਨੂੰ ਤੇ ਕਹਿ ਦੋ ਸਾਰਿਆਂ ਨੂੰ ਮੈਂ ਕਹਿੰਦਾ ਸਾਰਿਆਂ ਨੇ ਬਾਈ ਸਾਡੇ ਨੂੰ ਲਾਈਕ ਕਰੋ ਫੋਲੋ ਕਰੋ ਔਰ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਤੇ ਕਮੈਂਟ ਕਮੈਂਟ ਮਾਰੋ ਜੀ ਤੋੜ ਕੇ ਕਮੈਂਟ ਮਾਰੋ ਕੀ ਬਾਤ ਹੈ ਨਰੂਲਾ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਕਹਿੰਦਾ ਭਰਾ ਦਾ ਬਹੁਤ ਵਧੀਆ ਸਾਥ ਦਿਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਇਹੋ ਜਿਹੇ ਕਮੈਂਟ ਕਰ ਦਿਓ ਭਰਾ ਨੂੰ ਮਜ਼ਾ ਆ ਜੇ ਕੀ ਬਾਤ ਹੈ ਸ਼ੁਕਰੀਆ ਭਾਜੀ ਸ਼ੁਕਰੀਆ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਸਰ ਧੰਨਵਾਦ ਹਾਂਜੀ ਜੀ ਗਾਈਜ਼ ਉੱਧਰ ਆਪਾਂ ਖੇਡ ਕੇ ਆ ਚੁੱਕੇ ਹੈਗੇ ਅਤੇ ਮੈਂ ਐਂਡਿੰਗ ਕਰ ਰਿਹਾ ਹੈਗਾ ਵਾ ਘਰ ਆ ਕੇ ਅਤੇ ਜਿਸ ਦਿਨ ਮੈਂ ਵੀਡੀਓ ਐਡਿਟ ਕਰ ਰਿਹਾ ਹੈਗਾ ਉਸੇ ਦਿਨ ਮੈਂ ਐਂਡਿੰਗ ਕਰ ਰਿਹਾ ਹੈਗਾ ਬਿਕੋਜ਼ ਉਸ ਦਿਨ ਕੀ ਹੋਇਆ ਕਿ ਫਨ ਆਪਾਂ ਇੰਨਾ ਜ਼ਿਆਦਾ ਕੀਤਾ ਮੈਂ ਸਭ ਤੋਂ ਜ਼ਿਆਦਾ ਉੱਥੇ ਹੈ ਨਾ ਚੀਕਾਂ ਚੁੱਕਾਂ ਮਾਰੀਆਂ ਅਤੇ ਗਲਾ ਮੇਰਾ ਬਹਿਗਦਾ ਸੀ ਉੱਥੇ ਅਤੇ ਬਹੁਤ ਹੀ ਵਧੀਆ ਲੱਗਿਆ 14 ਸਾਲ ਬਾਅਦ ਮੈਂ ਕ੍ਰਿਕਟ ਖੇਲੀ ਹੈ ਦੁਬਾਰਾ ਅਤੇ ਬਹੁਤ ਸਾਨੂੰ ਵਧੀਆ ਲੱਗਿਆ ਸਾਡੇ ਪਠਾਨਕੋਟ ਦੇ ਏਰੀਏ ਦੇ ਵਿੱਚ ਇੰਨੀ ਵਧੀਆ ਲੋਕੇਸ਼ਨ ਹੈ ਨਾ ਬਣਾਈ ਹੈਗੀ ਉਹਨਾਂ ਨੇ ਲੋਕੇਸ਼ਨ ਮੈਂ ਤੁਹਾਨੂੰ ਦੱਸ ਦੇਵਾਂ ਇਹਦੀ ਸਾਡੇ ਪਠਾਨਕੋਟ ਦਾ ਜਿਹੜਾ ਗਊਸ਼ਾਲਾ ਰੋਡ ਹੈਗਾ ਜਿੱਥੇ ਵਾਈਟ ਪਰਲ ਰਿਜ਼ੋਰਟ ਆ ਉਹਨੂੰ ਟੱਪ ਕੇ ਗਊਸ਼ਾਲਾ ਆਉਂਦੀ ਹੈ ਅਤੇ ਗਊਸ਼ਾਲਾ ਟੱਪ ਕੇ ਜਦੋਂ ਆਪਾਂ ਇੱਕ ਰਸਤਾ ਬਾਹਰ ਨੂੰ ਚੱਲ ਜਾਂਦਾ ਹੈਗਾ ਵਾ ਸੁਜਾਨਪੁਰ ਵੱਲ ਨੂੰ ਅਤੇ ਇੱਕ ਰਸਤਾ ਰੜੇ ਵੱਲ ਨੂੰ ਜਾਂਦਾ ਅਨੰਦਪੁਰ ਰੜੇ ਵੱਲ ਨੂੰ ਅਤੇ ਉਹਦੇ ਜਦੋਂ ਆਪਾਂ ਮੋੜ ਕੱਢਦੇ ਨਾ ਰੜੇ ਵੱਲ ਦਾ ਉਹਦੇ ਸਾਹਮਣੇ ਹੀ ਇਹਨਾਂ ਨੇ ਗਰਾਊਂਡ ਬਣਾਈ ਹੋਈ ਹੈ ਅਤੇ ਬਹੁਤ ਹੀ ਵਧੀਆ ਪਲੇ ਬੋਕਸ ਹੈਗਾ ਵਾ ਦੇਖੋ ਇਹਦੇ ਨਾਲ ਉਹਨਾਂ ਦੀ ਅਰਨਿੰਗ ਦਾ ਸੋਰਸ ਤਾਂ ਹੈ ਹੀ ਹੈ ਵਾ ਬਟ ਉਹਦੇ ਨਾਲ ਨਾਲ ਸਾਨੂੰ ਇੱਕ ਸਾਫ਼ ਸੁਥਰੀ ਜਗ੍ਹਾ ਖੇਡਣ ਨੂੰ ਮਿਲੇ ਕਰਦੀ ਹੈਗੀ ਹੈ ਸੇਫਟੀ ਪੂਰੀ ਹੈਗੀ ਹੈ ਬਾਕੀ ਡਿਟੇਲਸ ਜਿਹੜੀਆਂ ਹੈਗੀਆਂ ਨੇ ਕਿੱਦਾਂ ਬੁਕਿੰਗ ਕਰਾ ਸਕਦੇ ਹੋ ਸਾਰੀ ਆਪਾਂ ਮੈਂਸ਼ਨ ਕਰ ਦੇਵਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਬਾਕੀ ਤੁਹਾਨੂੰ ਮੈਂ ਦੱਸ ਦਿੰਦਾ 1000 ਰੁਪੀਸ ਲੈਂਦੇ ਹੈਗੇ ਆ ਘੰਟੇ ਦਾ ਉੱਦਾਂ ਉਹ ਕਹਿੰਦੇ ਕਿ ਪਰ ਹੈਡ 100 ਰੁਪੀਸ ਆ ਪਰ ਜੇ ਤੁਸੀਂ 6 ਬੰਦੇ ਲੈ ਕੇ ਜਾਓਗੇ ਉਹਨਾਂ ਨੇ ਘੰਟੇ ਦਾ 1000 ਹੀ ਲੈਣਾ ਹੈਗਾ ਸੋ ਤੁਸੀਂ ਇੱਦਾਂ ਲੈ ਲਓ ਕਿ 1 ਘੰਟੇ ਦਾ 1000 ਰੁਪਿਆ ਉਹਨਾਂ ਨੇ ਲੈਣਾ ਗਲਾ ਮੇਰਾ ਹੱਲੇ ਵੀ ਖਰਾਬ ਹੈਗਾ ਵਾ ਅਤੇ ਬਾਕੀ ਨੰਬਰ ਡਿਸਪਲੇ ਕਰ ਦੂੰਗਾ ਤੁਸੀਂ ਬੁਕਿੰਗ ਕਰ ਸਕਦੇ ਹੋ ਕਾਫੀ ਦਿਨਾਂ ਦੀ ਬੁਕਿੰਗ ਉੱਥੇ ਚੱਲਦੀ ਹੈਗੀ ਆ ਸੋ ਜਦੋਂ ਵੀ ਜਾਣਾ ਕਾਲ ਕਰਕੇ ਜਾਓ ਇੱਦਾਂ ਉਹਨਾਂ ਨੂੰ ਸਲੋਟ ਨਹੀਂ ਮਿਲਣਾ ਹੈਗਾ
ਅਤੇ ਬਹੁਤ ਹੀ ਮਜ਼ਾ ਆਇਆ ਸਾਨੂੰ, ਬਹੁਤ ਹੀ ਫਨ ਕੀਤਾ। ਜੇ ਤੁਹਾਨੂੰ ਵੀ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਜਦੋਂ ਪ੍ਰੈਸ ਕਰ ਲਿਓ ਉਹਦਾ ਫਾਇਦਾ ਇਹ ਹੋਏਗਾ ਜਦੋਂ ਵੀ ਮੈਂ ਆਪਣੀ ਨਵੀਂ ਵੀਡੀਓ ਪਾਊਂਗਾ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਜਾਏਗੀ। ਅਤੇ ਬਾਕੀ ਗਾਈਜ਼ 100K ਸਾਡੇ ਚੈਨਲ 'ਤੇ ਹੋਣ ਵਾਲੇ ਹੈਗੇ ਆ, ਸੋ ਸਪੋਰਟ ਕਰੋ ਥੋੜ੍ਹਾ ਜਿਹਾ ਅਤੇ ਤਾਂ ਕਿ ਆਪਾਂ 100K ਜਲਦੀ ਤੋਂ ਜਲਦੀ ਕ੍ਰੋਸ ਕਰੀਏ। ਅਤੇ ਬਾਕੀ ਮਿਲਦੇ ਆ ਤੁਹਾਨੂੰ ਇੱਕ ਹੋਰ ਸੋਹਣੇ ਜਿਹੇ ਪਿਆਰੇ ਜਿਹੇ ਵਲੌਗ ਦੇ ਨਾਲ। ਜੇ ਕੋਈ ਕਮੀ ਪਿਛੇ ਰਹਿ ਗਈ ਹੋਏਗੀ ਤਾਂ ਪ੍ਰਵਾਨ ਕਰਿਓ। ਅਤੇ ਬਾਕੀ ਮਿਲਦੇ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ 'ਚ। ਟਿਲ ਦੈਨ ਟੇਕ ਕੇਅਰ, ਬਾਏ ਬਾਏ, ਚੰਗਾ ਫਿਰ ਅਗਲੀ ਵਾਰੀ।